सर कैंसर ਦੇ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਤਾਂ ਮੇਰਾ ਪਹਿਲਾ ਸਵਾਲ ਇਹ ਹੀ ਹੈ ਕਿ ਕੈਂਸਰ ਜਿਹੜਾ ਕਿ ਲਾਸਟ ਸਟੇਜ ਤੇ ਜਾ ਕੇ ਹੀ ਡਾਇਗਨੋਸ ਕਿਉਂ ਹੁੰਦਾ ਹੈ ਕੈਂਸਰ ਬੇਸਿਕਲੀ ਲਾਸਟ ਸਟੇਜ ਤੇ ਡਾਇਗਨੋਸਿਸ ਕਰਕੇ ਹੁੰਦਾ ਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਕਿ ਪੇਸ਼ੈਂਟ ਸਟਾਰਟਿੰਗ ਦੇ ਵਿੱਚ ਜਿਹੜੇ ਸਿੰਪਟਮਸ ਹੈ ਉਹਨਾਂ ਨੂੰ ਇਗਨੋਰ ਕਰ ਦਿੰਦੇ ਆ ਕੁਝ ਸਾਈਨ ਐਂਡ ਸਿੰਪਟਮ ਜਿਹੜੇ ਇਨੀਸ਼ੀਅਲੀ ਆਉਂਦੇ ਆ ਸਟਾਰਟਿੰਗ 'ਚ ਅਸੀਂ ਕੀ ਕਰਦੇ ਹਾਂ ਕਿ ਕਿਸੇ ਨੂੰ ਹਲਕਾ ਫੁਲਕਾ ਕੋਈ ਰੀਕਰੈਂਟ ਖਾਂਸੀ ਵਾਰ ਵਾਰ ਲੰਬੇ ਟਾਈਮ ਲਈ ਹੋ ਰਹੀ ਹੈ ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ ਜਾਂ ਕਿਸੇ ਨੂੰ ਕੋਈ ਮੂੰਹ ਦੇ ਵਿੱਚ ਛਾਲਾ ਹੈ ਜਿਹੜਾ ਕਿ ਕਾਫੀ ਟਾਈਮ ਤੋਂ ਰਿਕਵਰ ਨਹੀਂ ਹੋ ਪਾ ਰਿਹਾ ਹੀਲ ਨਹੀਂ ਹੋ ਪਾ ਰਿਹਾ ਤਾਂ ਉਹਨਾਂ ਕੇਸਿਸ 'ਚ ਕੀ ਹੁੰਦਾ ਕਿ ਸਾਨੂੰ ਇਨੀਸ਼ੀਅਲੀ ਸਟਾਰਟਿੰਗ ਦੇ ਵਿੱਚ ਹੀ ਕਿਸੇ ਡਾਕਟਰ ਨੂੰ ਕੰਸਲਟ ਕਰਕੇ ਉਹਦਾ ਇਲਾਜ ਕਰਵਾਉਣਾ ਚਾਹੀਦਾ ਰਾਦਰ ਦੈਨ ਟੇਕਿੰਗ ਹੋਮ ਰੈਮੇਡੀਜ਼ ਅਸੀਂ ਸ਼ੁਰੂ ਕਰਦੇ ਹਾਂ ਪਹਿਲਾਂ ਘਰ ਦੇ ਇਲਾਜ ਤੋਂ ਫਿਰ ਅਸੀਂ ਕਿਸੇ ਕੈਮਿਸਟ ਤੋਂ ਮੈਡੀਸਨ ਲੈ ਕੇ ਖਾਂਦੇ ਹਾਂ ਦੈਨ ਵੀ ਗੋ ਟੂ ਅ ਡਾਕਟਰ ਉਹ ਤੱਕ ਦੇਰ ਕਾਫੀ ਹੋ ਚੁੱਕੀ ਹੁੰਦੀ ਹੈ ਤਾਂ ਹਮੇਸ਼ਾ ਕੋਸ਼ਿਸ਼ ਇਹ ਕਰੋ ਕਿ ਕੁਛ ਵੀ ਦਿੱਕਤ ਤੁਹਾਨੂੰ ਬਾਡੀ ਦੇ ਵਿੱਚ ਕੋਈ ਹਲਚਲ ਨਜ਼ਰ ਆ ਰਹੀ ਹੈ ਕੋਈ ਸਾਈਨ ਐਂਡ ਸਿੰਪਟਮ ਕਿਸੇ ਵੀ ਸਿਸਟਮ ਦੇ ਰਿਲੇਟਡ ਆ ਰਹੇ ਤਾਂ ਉਹਦੇ ਇਨੀਸ਼ੀਅਲੀ ਡਾਕਟਰ ਦਾ ਚੈੱਕਅਪ ਕਰਵਾਓ ਇਵੈਲੂਏਟ ਕਰਵਾਓ ਤਾਂ ਕਿ ਇਨੀਸ਼ੀਅਲ ਅਗਰ ਉਹ ਫਾਈਂਡਿੰਗ ਅਗਰ ਆਪਾਂ ਪਕੜ ਦੇ ਵਿੱਚ ਲੈ ਆਉਂਦੇ ਹਾਂ ਤਾਂ ਉਹਨੂੰ ਅਰਲੀ ਸਟੇਜ ਦੇ ਵਿੱਚ ਵੀ ਡਾਇਗਨੋਸ ਕੀਤਾ ਜਾ ਸਕਦਾ ਹੈ।